ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੋ ਐਜੂਕੇਸ਼ਨ ਵਿੱਚ। ਅੱਜ ਦੀ ਵੀਡੀਓ 'ਚ ਆਪਾਂ ਇੱਕ ਬੜਾ ਜ਼ਰੂਰੀ ਨੁਕਤਾ ਦੱਸਾਂਗੇ, ਤੁਸੀਂ ਸਾਰਿਆਂ ਨੇ ਇਹਨੂੰ ਲਾਗੂ ਕਰਕੇ ਦੇਖਣਾ ਅਤੇ ਫਿਰ ਕਿੰਨੀ ਕੁ ਇੰਪਰੂਵਮੈਂਟ ਹੁੰਦੀ ਆ, ਕਿੰਨਾ ਕੁ ਫਰਕ ਪਿਆ ਉਹ ਕਮੈਂਟ ਕਰਕੇ ਜ਼ਰੂਰ ਦੱਸੋ। ਇਹ ਵੀਡੀਓ ਨੂੰ ਦੁਬਾਰੇ ਖੋਲ੍ਹ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ। ਇੱਕ ਹਫ਼ਤੇ ਤੱਕ ਇਹ ਨੁਕਤੇ ਨੂੰ ਫੋਲੋ ਕਰੋ ਅਤੇ ਫਿਰ ਦੇਖਿਓ ਵੀ ਫਰਕ ਪਿਆ ਜਾਂ ਨਹੀਂ ਪਿਆ। ਲਓ ਜੀ, ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਵਾਲੀ ਵੀਡੀਓ। ਅੱਜ ਆਪਣਾ ਟੌਪਿਕ ਹੈ ਆਇਲਸ ਰੀਡਿੰਗ। ਵਾਰ ਵਾਰ ਸਾਡੇ ਦਿਮਾਗ 'ਚ ਇਹ ਸਵਾਲ ਆਉਂਦਾ ਕਿ ਰੀਡਿੰਗ 'ਚ ਸਕੋਰ ਕਿਵੇਂ ਇੰਪਰੂਵ ਕਰਾਂ, ਕਿਉਂਕਿ ਇੱਕ ਵਾਰ ਜਿੱਥੇ ਸਾਡਾ ਖੜ ਗਿਆ ਐਂ ਜੇ ਅਸੀਂ ਲੱਗ ਜਾਂਦੇ ਹਾਂ 5 'ਤੇ ਖੜਾ, 5.5 'ਤੇ ਖੜਾ, 6 'ਤੇ ਕਿਵੇਂ ਪਹੁੰਚੀਏ, ਜਾਂ 4.5 'ਤੇ ਆ, 5 'ਤੇ ਆ, ਅੱਗੇ ਕਿਵੇਂ ਵਧੀਏ, ਇੰਪਰੂਵਮੈਂਟ ਕਿਵੇਂ ਹੋਊ, ਸਾਨੂੰ ਔਖੀ ਲੱਗਦੀ ਆ, ਇਹਦੇ ਪਿੱਛੇ ਕਹਾਣੀ ਕੀ ਆ। ਦੇਖੋ, ਸਭ ਤੋਂ ਵੱਡੀ ਰਾਜ ਦੀ ਗੱਲ ਇਹ ਆ ਵੀ ਅਸੀਂ ਰੀਡਿੰਗ 'ਚ ਐਵੇਂ ਉਲਝਦੇ ਰਹਿੰਦੇ ਹਾਂ, ਹੋਰ ਹੀ ਕੁਝ ਸੋਚੀ ਜਾਂਦੇ ਹਾਂ। ਜਿਹੜੀ ਰੀਡਿੰਗ ਹੈ ਉਹ ਸਿਰਫ ਅਤੇ ਸਿਰਫ ਵਕੈਬ ਦੇ ਸਹਾਰੇ ਜਿੱਤੀ ਜਾਣੀ ਆ, ਉਹ ਸਾਰੀ ਵਕੈਬ 'ਤੇ ਖੜੀ ਆ, ਕੰਜੰਕਸ਼ਨਸ, ਕਨੈਕਟਰਸ, ਇਹ ਸਾਰੀਆਂ ਚੀਜ਼ਾਂ ਦੇ ਸਹਾਰੇ ਖੜੀ ਆ ਉਹ। ਜੇ ਸਾਡਾ ਹੱਥ ਵਕੈਬ 'ਚ ਤੰਗ ਆ ਤਾਂ ਅਸੀਂ ਰੀਡਿੰਗ ਦੇ ਵਿੱਚ ਵੀ ਸਕੋਰ ਘੱਟ ਲਵਾਂਗੇ। ਜਿਵੇਂ ਜਿਵੇਂ ਅਸੀਂ ਵਕੈਬ ਦਾ ਖਜ਼ਾਨਾ ਭਰਦੇ ਜਾਵਾਂਗੇ, ਰੀਡਿੰਗ 'ਚ ਸਾਡੀ ਇੰਪਰੂਵਮੈਂਟ ਜ਼ਰੂਰ ਹੋਣੀ ਆ। ਇੱਕ ਗੱਲ ਆਪ ਬਹਿ ਕੇ ਸੋਚ ਕੇ ਦੇਖੋ ਵੀ ਸਾਨੂੰ ਇੱਕ ਪੈਰਾਗ੍ਰਾਫ ਦੇਤਾ, ਹੈ ਨਾ, ਆਹ ਪੈਰਾਗ੍ਰਾਫ ਦੇਤਾ, ਇਹ 'ਚੋਂ ਆ ਸਾਨੂੰ ਸਾਰੇ ਪ੍ਰਸ਼ਨ ਪਏ ਆ ਦਿੱਤੇ, ਚਾਹੇ ਉਹ ਫਿਲ ਇਨ ਦਾ ਬਲੈਂਕਸ ਆ, ਚਾਹੇ ਹੈਡਿੰਗਸ ਨੇ, MCQ ਆ, ਕੁਛ ਮਰਜ਼ੀ ਆ, ਇਹ ਸਾਨੂੰ ਪ੍ਰਸ਼ਨ ਦੇਤੇ, ਇਹ ਪੈਰਾਗ੍ਰਾਫ ਆ। ਅਸੀਂ ਇਹ ਪੈਰਾਗ੍ਰਾਫ ਪੜ੍ਹ ਕੇ ਸਮਝ ਲਿਆ ਜਾਂ ਛੇਤੀ ਛੇਤੀ ਸਕਿਮ ਐਂਡ ਸਕੈਨ ਕਰ ਲਿਆ, ਉਦੋਂ ਬਾਅਦ ਆ ਪ੍ਰਸ਼ਨ ਦੇਖੇ ਅਤੇ ਪ੍ਰਸ਼ਨਾਂ ਦੇ ਉੱਤਰ ਲੱਭਣੇ ਆ, ਵੀ ਐਡੀ ਕੁ ਗੱਲ ਵੀ ਨਹੀਂ ਸਾਡੇ ਤੋਂ ਹੋਣੀ, ਸੁਣਨ 'ਚ ਦੇਖੋ ਕਿੰਨਾ ਸੌਖਾ ਲੱਗੀ ਜਾਂਦਾ। ਹੁਣ ਜੇ ਇਹੀ ਚੀਜ਼ ਨੂੰ ਆਪਾਂ ਪੰਜਾਬੀ 'ਚ ਕਨਵਰਟ ਕਰ ਦਈਏ ਵੀ ਆਹ ਸਾਰਾ ਪੰਜਾਬੀ 'ਚ ਪੈਰਾਗ੍ਰਾਫ ਆ, ਪੰਜਾਬੀ 'ਚ ਸਾਰੇ ਪ੍ਰਸ਼ਨ ਨੇ, ਤਾਂ ਅਸੀਂ ਉਹਦਾ ਉੱਤਰ ਲੱਭ ਲਾਂਗੇ। ਉਹਦੇ ਪਿੱਛੇ ਫਿਰ ਇੱਕ ਚੀਜ਼ ਕੰਮ ਕਰਦੀ ਆ ਵੀ ਇਹ ਨਾ ਹੋਵੇ ਵੀ ਉਹ ਜਿਹੜੀ ਪੰਜਾਬੀ ਲਿਖੀ ਹੋਵੇ ਉਹ ਵੀ ਕਿਤੇ ਬੜੇ ਹਾਈ ਲੈਵਲ ਦੀ, ਉਹਦੇ ਵਿੱਚ ਵੀ ਬੜੇ ਔਖੇ ਸ਼ਬਦ, ਬੜੀ ਔਖੀ ਵਕੈਬ ਵਰਤੀ ਹੋਵੇ, ਫਿਰ ਜਿਹੜਾ ਪੰਗਾ ਉਹ ਉੱਥੇ ਫੇਰ ਰਹਿ ਜਾਣਾ। ਮਤਲਬ ਕੁੱਲ ਮਿਲਾ ਕੇ ਜਦੋਂ ਸਾਨੂੰ ਜੇ ਸਿੰਪਲ ਲੈਂਗੁਏਜ ਦੇ ਵਿੱਚ ਪੈਰਾਗ੍ਰਾਫ ਆ ਜਾਏ ਅਤੇ ਸਾਨੂੰ ਸਿੰਪਲ ਸਵਾਲ ਪੁੱਛੇ ਹੋਣ ਤਾਂ ਅਸੀਂ ਉਹਦਾ ਉੱਤਰ ਮਿੰਟਾਂ ਸਕਿੰਟਾਂ 'ਚ ਦੇ ਦਾਂਗੇ। ਕਿਉਂ ਦੇ ਦਾਂਗੇ? ਕਿਉਂਕਿ ਸਾਨੂੰ ਇਹ ਪੈਰਾਗ੍ਰਾਫ ਵੀ ਚੰਗੀ ਤਰ੍ਹਾਂ ਸਮਝ ਆ ਗਿਆ, ਸਾਨੂੰ ਇਹ ਪ੍ਰਸ਼ਨ ਵੀ ਚੰਗੀ ਤਰ੍ਹਾਂ ਸਮਝ ਆ ਗਏ, ਉਹਨਾਂ ਦੇ ਵਿੱਚ ਜਿਹੜਾ ਇੱਕ ਇਕੱਲਾ ਇਕੱਲਾ ਸ਼ਬਦ ਲਿਖਿਆ ਸੀ ਸਾਨੂੰ ਸਾਰਿਆਂ ਦਾ ਮਤਲਬ ਪਤਾ ਸੀ, ਇਹ ਵੀ ਪਤਾ ਸੀ ਵੀ ਕਿੱਥੇ ਕਿਵੇਂ ਵਰਤਿਆ ਜਾਂਦਾ, ਤਾਂ ਆਪਾਂ ਹੱਲ ਕਰਤਾ। ਜੇ 4th-5th ਕਲਾਸ ਵਾਲੀ ਕੋਈ ਰੀਡਿੰਗ ਚੱਕ ਕੇ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਅਸੀਂ ਸਾਰੇ ਜਾਣੇ 8-8, 8.5 ਬੈਂਡ ਲੈ ਲਾਂਗੇ ਬੜੇ ਆਰਾਮ ਨਾਲ। ਕੋਈ ਸਾਡੀ ਅਸੀਂ ਕਹਾਂਗੇ ਹੈ ਕੀ ਇਹ, ਹੈ ਉਹ ਵੀ ਰੀਡਿੰਗ ਆ, ਪਰ ਹੁਣ ਜਿਹੜੀ ਸਾਨੂੰ ਆਇਲਸ 'ਚ ਆਉਂਦੀ ਆ ਉਹਦਾ ਸਟੈਂਡਰਡ ਵੱਧ ਜਾਂਦਾ, ਅਤੇ ਉਹ ਸਟੈਂਡਰਡ ਕਿਵੇਂ ਵਧਾਉਂਦੇ ਨੇ, ਬਸ ਨਵੇਂ ਨਵੇਂ ਸ਼ਬਦ ਲੈ ਕੇ ਆਉਂਦੇ ਨੇ, ਸਿਨੋਨਿਮਸ ਵਰਤਦੇ ਨੇ, ਜਿਹੜੀ ਵਕੈਬ ਉਹ ਥੋੜ੍ਹੀ ਐਡਵਾਂਸਡ ਹੋ ਜਾਂਦੀ ਆ, ਉੱਥੇ ਸਾਡੀ ਗੱਡੀ ਖੜ ਜਾਂਦੀ ਆ, ਸਾਡੇ ਤੋਂ ਕਈ ਵਾਰੀ ਸ਼ਬਦ ਮਿਸ ਹੋ ਜਾਂਦੇ ਨੇ ਅਤੇ ਸਾਡਾ ਸਕੋਰ ਘੱਟ ਜਾਂਦਾ। ਹੁਣ ਇਹਦਾ ਆਪਾਂ ਇਲਾਜ ਕਿਵੇਂ ਕਰਨਾ? ਇਹਦਾ ਇਲਾਜ ਕਰਨ ਵਾਸਤੇ ਕੋਈ ਵੀ ਮੈਗਜ਼ੀਨ ਲੈ ਲਓ ਜਿਹੜਾ ਸਾਨੂੰ ਪਸੰਦ ਆਉਂਦਾ, ਉਹਦੇ ਵਿੱਚੋਂ ਜਿਹੜਾ ਮਰਜ਼ੀ ਟੌਪਿਕ ਲੈ ਲਓ, ਉਹਨੂੰ ਪੜ੍ਹੋ, ਉਹਨੂੰ ਪੜ੍ਹਦੇ ਹੋਏ ਆਪਦੇ ਨਾਲ ਪੈੱਨ ਪੈਨਸਿਲ ਲੈ ਲਓ, ਜਿੱਥੇ ਤੁਹਾਨੂੰ ਲੱਗਿਆ ਵੀ ਇਹ ਸ਼ਬਦ ਦਾ ਮਤਲਬ ਨਹੀਂ ਪਤਾ ਉਹਨੂੰ ਅੰਡਰਲਾਈਨ ਕਰ ਲਓ। ਕਰਦੇ ਜਾਓ, ਅਸੀਂ 1 ਜਾਂ 2 ਜਾਂ 3 ਪੈਰਾਗ੍ਰਾਫ ਪੜ੍ਹ ਲਏ, ਕੋਈ ਗੱਲ ਨਹੀਂ, ਘੱਟ ਪੜ੍ਹ ਲਾਂ, ਕੋਈ ਚੱਕਰ ਨਹੀਂ, ਇੰਨੇ ਸ਼ਬਦ ਅੰਡਰਲਾਈਨ ਹੋ ਗਏ, ਉਹਨਾਂ ਦੇ ਫਿਰ ਮਤਲਬ ਚੈੱਕ ਕਰੋ। ਮਤਲਬ ਚੈੱਕ ਕਰਨ ਤੋਂ ਬਾਅਦ ਆਪਾਂ ਇਹ ਪਹਿਲੇ ਸ਼ਬਦ ਦਾ ਮਤਲਬ ਦੇਖ ਲਿਆ, ਇਹ ਲਾਈਨ ਨੂੰ ਦੁਬਾਰਾ ਪੜ੍ਹੋ, ਦੇਖੋ ਇਹਦਾ ਮਤਲਬ ਹੁਣ ਕੀ ਬਣ ਗਿਆ। ਜਿੱਥੇ ਜਿੱਥੇ ਅਸੀਂ ਸਾਰੇ ਇਹ ਸ਼ਬਦ ਪੜ੍ਹੇ ਨੇ ਉੱਥੇ ਉੱਥੇ ਚੈੱਕ ਕਰੋ ਵੀ ਹੁਣ ਇਹਦਾ ਪੈਰੇ ਦਾ ਪੂਰਾ ਮਤਲਬ ਕੀ ਬਣ ਗਿਆ, ਇਹ ਲਾਈਨ ਦਾ ਮਤਲਬ ਕੀ ਬਣ ਗਿਆ, ਉਹਨਾਂ ਨੂੰ ਨੋਟ ਕਰੋ, ਰਿਵਾਈਜ਼ ਕਰੋ। ਅੱਜ ਅਸੀਂ ਆਹ 1 ਪੈਰਾਗ੍ਰਾਫ ਪੜ੍ਹਿਆ ਸੀ, ਇਹਦੇ ਵਾਲੇ ਸਾਰੇ ਨੋਟ ਕਰ ਲਏ, ਠੀਕ ਹੈ, ਅਗਲੇ ਦਿਨ ਅਗਲਾ ਪੜ੍ਹਾਂਗੇ, ਅਤੇ ਬੈਕ ਵਾਲੇ ਸਾਰੇ ਦੁਬਾਰੇ ਫਿਰ ਰਿਵਾਈਜ਼ ਕਰਨੇ ਆ ਵੀ ਕੱਲ੍ਹ ਮੈਂ ਆਹ ਪੜ੍ਹੇ ਸੀ, ਠੀਕ ਆ, ਹਾਂ ਇਹ ਵਰਤਿਆ ਗਿਆ ਸੀ। ਇਕੱਲਾ ਚਾਹੇ ਸ਼ਬਦ ਨਾ ਲਿਖਿਆ ਕਰੋ, ਨਾਲ ਥੱਲੇ ਸਾਰੀ ਲਾਈਨ ਵੀ ਲਿਖ ਦਿਆ ਕਰੋ ਸ਼ਬਦ ਦਾ ਮਤਲਬ ਲਿਖ ਕੇ, ਨੋਟ ਕਰ ਲਿਆ ਕਰੋ ਆਪਦੇ ਕੋਲ। ਇਹ ਚਾਹੇ ਮੈਗਜ਼ੀਨ ਤੋਂ ਇਹ ਕੰਮ ਕਰ ਲਓ, ਟੌਪਿਕ ਚੱਕ ਲਓ ਜਿਹੜੇ ਮਰਜ਼ੀ, ਪੋਲੀਟਿਕਸ ਹੋ ਗਿਆ, ਸਪੋਰਟਸ ਹੋ ਗਿਆ, ਐਜੂਕੇਸ਼ਨ ਹੋ ਗਿਆ, ਇਨਵਾਇਰਮੈਂਟ ਹੋ ਗਿਆ, ਟੈਕਨੋਲੋਜੀ ਹੋ ਗਿਆ, ਜਿਹੜੇ ਵੀ ਸਾਡੇ ਕੋਲ ਹੈ ਨਾ ਹੈਗੇ ਨੇ ਟੌਪਿਕਸ, ਉਹਨਾਂ 'ਤੇ ਪੜ੍ਹੋ। ਹੁਣ ਸਾਨੂੰ ਜਦੋਂ ਕੋਈ ਵੀ ਰੀਡਿੰਗ ਆਊਗੀ ਇਹਨਾਂ ਸਾਰੇ ਟੌਪਿਕਸ 'ਚੋਂ ਹੀ ਆਊਗੀ, ਅਤੇ ਬੜੀ ਵਾਰ ਹੁੰਦਾ ਵੀ ਜਿਹੜੇ ਅਸੀਂ ਇਹ ਮੈਗਜ਼ੀਨ 'ਚੋਂ ਪੜ੍ਹੇ ਹੁੰਦੇ ਆ ਉਹਨਾਂ 'ਚ ਸਾਨੂੰ ਸ਼ਬਦ ਨਵੇਂ ਸਿੱਖਣ ਨੂੰ ਮਿਲੇ ਹੁੰਦੇ ਆ, ਉਹ ਸਾਨੂੰ ਇੱਥੇ ਵੀ ਮਿਲ ਜਾਂਦੇ ਆ ਅਤੇ ਸਾਡੀ ਮਦਦ ਹੋ ਜਾਂਦੀ ਆ। ਜ਼ਰੂਰੀ ਨਹੀਂ ਤੁਸੀਂ ਮੈਗਜ਼ੀਨ ਪੜ੍ਹਨੇ, ਤੁਸੀਂ ਰੀਡਿੰਗ ਪਹਿਲਾਂ ਕਰੀਆਂ ਨੇ ਜੋ ਪੁਰਾਣੀਆਂ ਉਹਨਾਂ ਨੂੰ ਵੀ ਦੁਬਾਰਾ ਪੜ੍ਹ ਸਕਦੇ ਹੋ, ਉਹਨਾਂ ਨੂੰ ਦੁਬਾਰਾ ਪੜ੍ਹੋ, ਦੇਖੋ ਜਿਹੜੇ ਜਿਹੜੇ ਨਵੇਂ ਸ਼ਬਦ ਨੇ ਉਹਨਾਂ ਨੂੰ ਉਵੇਂ ਅੰਡਰਲਾਈਨ ਕਰਦੇ ਲਓ, ਨੋਟਸ ਬਣਾਓ, ਇੱਕ ਰਜਿਸਟਰ ਲਾ ਲਓ ਅਲੱਗ ਵਕੈਬ ਵਾਸਤੇ, ਜਿਹੜਾ 1 ਹਫ਼ਤੇ ਵਾਸਤੇ ਆਪਾਂ ਕੰਮ ਕਰਨਾ ਉਹ ਇਹੀ ਕਰਨਾ, ਇੱਕ ਰਜਿਸਟਰ ਲਾਉਣਾ ਵਕੈਬ ਵਾਸਤੇ।
जो भी नवे शब्द आई जाएंगे नोट करो, नाल वाक जरूर लिख लेना भी ये शब्द मैं आ वाक च पढ़िया सी। जिथे मर्जी मिल जाए, चाहे खबर सुनते तो मिल जाए, चाहे गाना सुनते तो मिल जाए, चाहे कोई भाषण सुनते तो, कोई फिल्म देखते तो, कोई रीडिंग करते तो, मैगजीन पढ़ते तो, जिथे भी मिल जाए वो शब्द नोट करो तो पूरी लाइन लिखो, वह मतलब देख के वो भी जरूर लिखो। ठीक है जी, ये काम करना वकैब जिमें जिमें आप सीखते जावे, यदा खजाना भरते जावे, उमें उमें सानू रीडिंग सौखी लगती जानी है। हुण जिन्हां दा रीडिंग च स्कोर ज़्यादा आउंदा होर कुछ नहीं हैगा, फर्क साडा ते उन्हां दा यही आ वी उन्हां दी वकैब थोड़ी जी उत्ते आ, उन्हां नूं सारे शब्दां दा मतलब पता हुंदा, हर कनैक्टर की वरतों पता हुंदी आ, कंजंक्शन की भी किहड़ा कित्थे किवें वरत्या जांदा, सारे शब्दां जदों मतलब पता लग गया उन्हां नूं हर लाइन का मतलब चंगी तरह समझ आ जांदा ते उत्तर चंगी तरह दे दिंदे ने, सही उत्तर बिल्कुल दे दिंदे ने। तुसीं आप ही सोच लो बह के, है ना, ठंडे जे दिमाग नाल सोच के देखो भी कहानी तां इत्थे अड़ी पई आ भी हाँ जे मैनू आह मान लो तीन चार लाइना ने जे मैनू इन्हां सारियां दा ही मतलब समझ आ गया मैं उत्तर तां अगे कढ ही लऊंगा, फिर तां मैं थोड़े जे आपदे स्किल वरतने प्रैक्टिस वरतनी आ, माड़ा जिहा दिमाग चलाऊंगा उत्तर आ जाऊगा। ठीक है जी, एड्डी कु गल आ, इस करके एक हफ्ते वास्ते ये कम करना शुरू करो, उस तो बाद देखियो भी फर्क पैंदा स्कोर दा जां नहीं पैंदा, ते कमेंट करके वीडियो थल्ले जरूर दस्यो, जे लग्या भी माड़ा मोटा फर्क पिया तां अगे उहनूं कंटिन्यू करियो, ते इसे तरह एक हफ्ता, दो हफ्ते, तीन हफ्ते, चार हफ्ते थोनू लगना भी किन्नी ज़्यादा इंप्रूवमेंट होगी, ते जो तुसीं निशाना मिथिया उत्थे पहुँच जाओगे, बड़ा वधिया लगूगा। एक बार अजमा के देखो तो फिर जरूर दस्यो भी किन्ना क नज़ारा आया। उम्मीद करते हैं अज वाली वीडियो थोनू बहुत वधिया लगी होगी, आयल्स रीडिंग दी जिहड़ियां आपां इहदे च गल्लां करियां ने उहनां नू तुसीं जरूर अपलाई करोगे तो अपना रीडिंग का स्कोर बधाओगे। अगली वीडियो लैके जल्दी फिर हाजिर होवांगे, उदों तक लई सति श्री अकाल।